ਕਾਂਗਰਸ ਪਾਰਟੀ ਦੇ ਸੀਨੀਅਰ ਮੋਸਟ ਲੀਡਰ ਰਾਹੁਲ ਗਾਂਧੀ ਨੇ ਉਹਦੇ ਅੱਜ ਖਬਰ ਵੀ ਲੱਗੀ ਆ ਹੂ ਹੈਜ਼ ਹੀ ਵੋਟਡ ਫੋਰ ਇਨ ਦਿੱਲੀ, ਉਹਨੇ ਝਾੜੂ ਨੂੰ ਵੋਟ ਪਾ ਦਿੱਤੀ ਆ। ਜਦ ਰਾਹੁਲ ਗਾਂਧੀ ਝਾੜੂ ਨੂੰ ਵੋਟ ਪਾ ਰਿਹਾ ਮਤਲਬ ਉਹਨੂੰ ਕਾਂਗਰਸ 'ਚ ਭਰੋਸਾ ਨਹੀਂ ਰਹਿ ਗਿਆ। ਔਰ ਕੇਜਰੀਵਾਲ ਸਾਹਿਬ ਨੂੰ ਕਹਿ ਰਿਹਾ ਤੂੰ ਹੁਣ ਪੰਜੇ ਤੂੰ ਪਾ ਲਈ, ਇਹ ਦੋਵਾਂ ਨੂੰ ਆਪਦੀ ਪਾਰਟੀ 'ਚ ਬੇਭਰੋਸਗੀ ਹੋਈ ਹੋਈ ਆ। ਪਤਾ ਨਹੀਂ ਲੋਕਾਂ ਨੂੰ ਕਿਸ ਬੇਸ਼ਰਮੀ ਨਾਲ ਜਾ ਕੇ ਕਹਿੰਦੇ ਕਿ ਪਾ ਦਿਓ ਸਾਨੂੰ ਵੋਟ। ਕਾਂਗਰਸ ਪਾਰਟੀ ਦੇ ਸੀਨੀਅਰ ਮੋਸਟ ਲੀਡਰ ਰਾਹੁਲ ਗਾਂਧੀ ਨੇ ਉਹਦੇ ਅੱਜ ਖਬਰ ਵੀ ਲੱਗੀ ਆ ਹੂ ਹੈਜ਼ ਹੀ ਵੋਟਡ ਫੋਰ ਇਨ ਦਿੱਲੀ, ਉਹਨੇ ਝਾੜੂ ਨੂੰ ਵੋਟ ਪਾ ਦਿੱਤੀ ਆ। ਜਦ ਰਾਹੁਲ ਗਾਂਧੀ ਝਾੜੂ ਨੂੰ ਵੋਟ ਪਾ ਰਿਹਾ ਮਤਲਬ ਉਹਨੂੰ ਕਾਂਗਰਸ 'ਚ ਭਰੋਸਾ ਨਹੀਂ ਰਹਿ ਗਿਆ। ਔਰ ਕੇਜਰੀਵਾਲ ਸਾਹਿਬ ਨੂੰ ਕਹਿ ਰਿਹਾ ਤੂੰ ਹੁਣ ਪੰਜੇ ਤੂੰ ਪਾ ਲਈ, ਇਹ ਦੋਵਾਂ ਨੂੰ ਆਪਦੀ ਪਾਰਟੀ 'ਚ ਬੇਭਰੋਸਗੀ ਹੋਈ ਹੋਈ ਆ। ਪਤਾ ਨਹੀਂ ਲੋਕਾਂ ਨੂੰ ਕਿਸ ਬੇਸ਼ਰਮੀ ਨਾਲ ਜਾ ਕੇ ਕਹਿੰਦੇ ਕਿ ਪਾ ਦਿਓ ਸਾਨੂੰ ਵੋਟ। ਕਾਂਗਰਸ ਪਾਰਟੀ ਦੇ ਸੀਨੀਅਰ ਮੋਸਟ ਲੀਡਰ ਰਾਹੁਲ ਗਾਂਧੀ ਨੇ ਉਹਦੇ ਅੱਜ ਖਬਰ ਵੀ ਲੱਗੀ ਆ ਹੂ ਹੈਜ਼ ਹੀ ਵੋਟਡ ਫੋਰ ਇਨ ਦਿੱਲੀ, ਉਹਨੇ ਝਾੜੂ ਨੂੰ ਵੋਟ ਪਾ ਦਿੱਤੀ ਆ। ਜਦ ਰਾਹੁਲ ਗਾਂਧੀ ਝਾੜੂ ਨੂੰ ਵੋਟ ਪਾ ਰਿਹਾ ਮਤਲਬ ਉਹਨੂੰ ਕਾਂਗਰਸ 'ਚ ਭਰੋਸਾ ਨਹੀਂ ਰਹਿ ਗਿਆ। ਔਰ ਕੇਜਰੀਵਾਲ ਸਾਹਿਬ ਨੂੰ ਕਹਿ ਰਿਹਾ ਤੂੰ ਹੁਣ ਪੰਜੇ ਤੂੰ ਪਾ ਲਈ, ਇਹ ਦੋਵਾਂ ਨੂੰ ਆਪਦੀ ਪਾਰਟੀ 'ਚ ਬੇਭਰੋਸਗੀ ਹੋਈ ਹੋਈ ਆ। ਪਤਾ ਨਹੀਂ ਲੋਕਾਂ ਨੂੰ ਕਿਸ ਬੇਸ਼ਰਮੀ ਨਾਲ ਜਾ ਕੇ ਕਹਿੰਦੇ ਕਿ ਪਾ ਦਿਓ ਸਾਨੂੰ ਵੋਟ। ਕਾਂਗਰਸ ਪਾਰਟੀ ਦੇ ਸੀਨੀਅਰ ਮੋਸਟ ਲੀਡਰ ਰਾਹੁਲ ਗਾਂਧੀ ਨੇ ਉਹਦੇ ਅੱਜ ਖਬਰ ਵੀ ਲੱਗੀ ਆ ਹੂ ਹੈਜ਼ ਹੀ ਵੋਟਡ ਫੋਰ ਇਨ ਦਿੱਲੀ, ਉਹਨੇ ਝਾੜੂ ਨੂੰ ਵੋਟ ਪਾ ਦਿੱਤੀ ਆ। ਜਦ ਰਾਹੁਲ ਗਾਂਧੀ ਝਾੜੂ ਨੂੰ ਵੋਟ ਪਾ ਰਿਹਾ ਮਤਲਬ ਉਹਨੂੰ ਕਾਂਗਰਸ 'ਚ ਭਰੋਸਾ ਨਹੀਂ ਰਹਿ ਗਿਆ। ਔਰ ਕੇਜਰੀਵਾਲ ਸਾਹਿਬ ਨੂੰ ਕਹਿ ਰਿਹਾ ਤੂੰ ਹੁਣ ਪੰਜੇ ਤੂੰ ਪਾ ਲਈ, ਇਹ ਦੋਵਾਂ ਨੂੰ ਆਪਦੀ ਪਾਰਟੀ 'ਚ ਬੇਭਰੋਸਗੀ ਹੋਈ ਹੋਈ ਆ। ਪਤਾ ਨਹੀਂ ਲੋਕਾਂ ਨੂੰ ਕਿਸ ਬੇਸ਼ਰਮੀ ਨਾਲ ਜਾ ਕੇ ਕਹਿੰਦੇ ਕਿ ਪਾ ਦਿਓ ਸਾਨੂੰ ਵੋਟ। ਕਾਂਗਰਸ ਪਾਰਟੀ ਦੇ ਸੀਨੀਅਰ ਮੋਸਟ ਲੀਡਰ ਰਾਹੁਲ ਗਾਂਧੀ ਨੇ ਉਹਦੇ ਅੱਜ ਖਬਰ ਵੀ ਲੱਗੀ ਆ ਹੂ ਹੈਜ਼ ਹੀ ਵੋਟਡ ਫੋਰ ਇਨ ਦਿੱਲੀ, ਉਹਨੇ ਝਾੜੂ ਨੂੰ ਵੋਟ ਪਾ ਦਿੱਤੀ ਆ। ਜਦ ਰਾਹੁਲ ਗਾਂਧੀ ਝਾੜੂ ਨੂੰ ਵੋਟ ਪਾ ਰਿਹਾ ਮਤਲਬ ਉਹਨੂੰ ਕਾਂਗਰਸ 'ਚ ਭਰੋਸਾ ਨਹੀਂ ਰਹਿ ਗਿਆ। ਔਰ ਕੇਜਰੀਵਾਲ ਸਾਹਿਬ ਨੂੰ ਕਹਿ ਰਿਹਾ ਤੂੰ ਹੁਣ ਪੰਜੇ ਤੂੰ ਪਾ ਲਈ, ਇਹ ਦੋਵਾਂ ਨੂੰ ਆਪਦੀ ਪਾਰਟੀ 'ਚ ਬੇਭਰੋਸਗੀ ਹੋਈ ਹੋਈ ਆ। ਪਤਾ ਨਹੀਂ ਲੋਕਾਂ ਨੂੰ ਕਿਸ ਬੇਸ਼ਰਮੀ ਨਾਲ ਜਾ ਕੇ ਕਹਿੰਦੇ ਕਿ ਪਾ ਦਿਓ ਸਾਨੂੰ ਵੋਟ। ਕਾਂਗਰਸ ਪਾਰਟੀ ਦੇ ਸੀਨੀਅਰ ਮੋਸਟ ਲੀਡਰ ਰਾਹੁਲ ਗਾਂਧੀ ਨੇ ਉਹਦੇ ਅੱਜ ਖਬਰ ਵੀ ਲੱਗੀ ਆ ਹੂ ਹੈਜ਼ ਹੀ ਵੋਟਡ ਫੋਰ ਇਨ ਦਿੱਲੀ, ਉਹਨੇ ਝਾੜੂ ਨੂੰ ਵੋਟ ਪਾ ਦਿੱਤੀ ਆ। ਜਦ ਰਾਹੁਲ ਗਾਂਧੀ ਝਾੜੂ ਨੂੰ ਵੋਟ ਪਾ ਰਿਹਾ ਮਤਲਬ ਉਹਨੂੰ ਕਾਂਗਰਸ 'ਚ ਭਰੋਸਾ ਨਹੀਂ ਰਹਿ ਗਿਆ। ਔਰ ਕੇਜਰੀਵਾਲ ਸਾਹਿਬ ਨੂੰ ਕਹਿ ਰਿਹਾ ਤੂੰ ਹੁਣ ਪੰਜੇ ਤੂੰ ਪਾ ਲਈ, ਇਹ ਦੋਵਾਂ ਨੂੰ ਆਪਦੀ ਪਾਰਟੀ 'ਚ ਬੇਭਰੋਸਗੀ ਹੋਈ ਹੋਈ ਆ। ਪਤਾ ਨਹੀਂ ਲੋਕਾਂ ਨੂੰ ਕਿਸ ਬੇਸ਼ਰਮੀ ਨਾਲ ਜਾ ਕੇ ਕਹਿੰਦੇ ਕਿ ਪਾ ਦਿਓ ਸਾਨੂੰ ਵੋਟ। ਕਾਂਗਰਸ ਪਾਰਟੀ ਦੇ ਸੀਨੀਅਰ ਮੋਸਟ ਲੀਡਰ ਰਾਹੁਲ ਗਾਂਧੀ ਨੇ ਉਹਦੇ ਅੱਜ ਖਬਰ ਵੀ ਲੱਗੀ ਆ ਹੂ ਹੈਜ਼ ਹੀ ਵੋਟਡ ਫੋਰ ਇਨ ਦਿੱਲੀ, ਉਹਨੇ ਝਾੜੂ ਨੂੰ ਵੋਟ ਪਾ ਦਿੱਤੀ ਆ। ਜਦ ਰਾਹੁਲ ਗਾਂਧੀ ਝਾੜੂ ਨੂੰ ਵੋਟ ਪਾ ਰਿਹਾ ਮਤਲਬ ਉਹਨੂੰ ਕਾਂਗਰਸ 'ਚ ਭਰੋਸਾ ਨਹੀਂ ਰਹਿ ਗਿਆ। ਔਰ ਕੇਜਰੀਵਾਲ ਸਾਹਿਬ ਨੂੰ ਕਹਿ ਰਿਹਾ ਤੂੰ ਹੁਣ ਪੰਜੇ ਤੂੰ ਪਾ ਲਈ, ਇਹ ਦੋਵਾਂ ਨੂੰ ਆਪਦੀ ਪਾਰਟੀ 'ਚ ਬੇਭਰੋਸਗੀ ਹੋਈ ਹੋਈ ਆ। ਪਤਾ ਨਹੀਂ ਲੋਕਾਂ ਨੂੰ ਕਿਸ ਬੇਸ਼ਰਮੀ ਨਾਲ ਜਾ ਕੇ ਕਹਿੰਦੇ ਕਿ ਪਾ ਦਿਓ ਸਾਨੂੰ ਵੋਟ। ਕਾਂਗਰਸ ਪਾਰਟੀ ਦੇ ਸੀਨੀਅਰ ਮੋਸਟ ਲੀਡਰ ਰਾਹੁਲ ਗਾਂਧੀ ਨੇ ਉਹਦੇ ਅੱਜ ਖਬਰ ਵੀ ਲੱਗੀ ਆ ਹੂ ਹੈਜ਼ ਹੀ ਵੋਟਡ ਫੋਰ ਇਨ ਦਿੱਲੀ, ਉਹਨੇ ਝਾੜੂ ਨੂੰ ਵੋਟ ਪਾ ਦਿੱਤੀ ਆ। ਜਦ ਰਾਹੁਲ ਗਾਂਧੀ ਝਾੜੂ ਨੂੰ ਵੋਟ ਪਾ ਰਿਹਾ ਮਤਲਬ ਉਹਨੂੰ ਕਾਂਗਰਸ 'ਚ ਭਰੋਸਾ ਨਹੀਂ ਰਹਿ ਗਿਆ। ਔਰ ਕੇਜਰੀਵਾਲ ਸਾਹਿਬ ਨੂੰ ਕਹਿ ਰਿਹਾ ਤੂੰ ਹੁਣ ਪੰਜੇ ਤੂੰ ਪਾ ਲਈ, ਇਹ ਦੋਵਾਂ ਨੂੰ ਆਪਦੀ ਪਾਰਟੀ 'ਚ ਬੇਭਰੋਸਗੀ ਹੋਈ ਹੋਈ ਆ। ਪਤਾ ਨਹੀਂ ਲੋਕਾਂ ਨੂੰ ਕਿਸ ਬੇਸ਼ਰਮੀ ਨਾਲ ਜਾ ਕੇ ਕਹਿੰਦੇ ਕਿ ਪਾ ਦਿਓ ਸਾਨੂੰ ਵੋਟ।